ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭਦਿਆਲ ਸਿੰਘ ਖੰਨਾ, ਮੈਂ ਚੰਡੀਗੜ੍ਹ ਇੰਡੀਆ ਤੋਂ ਆਇਆ ਇਸ ਦੇ ਭਾਗ ਲੈਣ ਵਾਸਤੇ। ਅਤੇ ਮੈਂ ਸਰਦਾਰ ਜੈਬ ਸਿੰਘ ਚੱਠਾ ਔਰ ਸਰਦਾਰ ਸਰਦੂਲ ਸਿੰਘ ਥੇੜਾ ਜੀ ਦੀ ਇਨਵਾਈਟ ਦੇ ਉੱਤੇ ਇਹ ਜੋ ਵਰਲਡ ਪੰਜਾਬੀ ਕਾਨਫਰੰਸ ਹੈ ਇਸ ਦੇ ਵਿੱਚ ਭਾਗ ਲੈਣ ਵਾਸਤੇ ਇੰਡੀਆ ਤੋਂ ਆਇਆ ਹਾਂ। ਮੈਨੂੰ ਬਹੁਤ ਖੁਸ਼ੀ ਪ੍ਰਾਪਤ ਹੋ ਰਹੀ ਹੈ, ਇਹ ਜੋ 8ਵੀਂ ਪੰਜਾਬੀ ਕਾਨਫਰੰਸ ਹੋ ਰਹੀ ਹੈ, ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ, ਇਸ ਦੇ ਵਿੱਚ ਮੈਂ ਸ਼ਮੂਲੀਅਤ ਕਰ ਰਿਹਾ ਹਾਂ ਅਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਮੈਂ ਭਾਗੀ ਮਹਿਸੂਸ ਕਰ ਰਿਹਾ ਹਾਂ। ਵਾਹਿਗੁਰੂ ਕਰੇ ਇਹ ਜੋ ਕਾਨਫਰੰਸ, ਇਹਨਾਂ ਦਾ ਉਪਰਾਲਾ ਹੈ ਪੰਜਾਬੀ ਬੋਲੀ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ, ਆਪਣੇ ਪੰਜਾਬ ਨੂੰ ਅੱਗੇ ਲਿਆਉਣਾ, ਇਹ ਸਦਾ ਕਾਮਯਾਬ ਹੋਵੇ ਕਾਨਫਰੰਸ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੈਂ ਸੁਖਵਿੰਦਰ ਸਿੰਘ ਅਰੋੜਾ, ਕੋਰ ਕਮੇਟੀ ਮੈਂਬਰ, ਪ੍ਰਾਈਵੇਟ ਸਕੂਲ ਫੈਡਰੇਸ਼ਨ ਆਫ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵਰਲਡ ਪੰਜਾਬੀ ਕਾਨਫਰੰਸ ਲਈ ਇੱਥੇ ਪਹੁੰਚਿਆ ਹਾਂ ਸਰਦਾਰ ਜਗਜੀਤ ਸਿੰਘ ਜੀ ਦੇ ਸੱਦੇ 'ਤੇ, ਜੋ ਸਾਡੇ ਪ੍ਰਾਈਵੇਟ ਸਕੂਲ ਫੈਡਰੇਸ਼ਨ ਦੇ ਪ੍ਰਧਾਨ ਨੇ। ਇੱਥੇ ਆ ਕੇ ਬੜਾ ਚੰਗਾ ਲੱਗਾ ਕਿ ਪੰਜਾਬੀ ਮਾਂ ਬੋਲੀ ਦੇ ਲਈ ਇੱਕ ਬੜਾ ਵੱਡਾ ਉਪਰਾਲਾ ਜਗ ਪੰਜਾਬੀ ਸਭਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਦੇ ਲਈ ਮੈਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਚੱਠਾ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਹਾਂ, ਔਰ ਮੈਂ ਚਾਹਾਂਗਾ ਕਿ ਉਹ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਤਾਂ ਕਿ ਵਿਦੇਸ਼ਾਂ ਵਿੱਚ ਪੰਜਾਬੀ ਦਾ ਜਿਹੜਾ ਆ ਪਸਾਰ ਜਿਵੇਂ ਦਿਨੋਂ ਦਿਨ ਵੱਧ ਰਿਹਾ, ਉਹਦੇ ਲਈ ਅਸੀਂ ਹੋਰ ਵੀ ਅਜਿਹੀਆਂ ਕੋਸ਼ਿਸ਼ਾਂ ਕਰੀਏ। ਮੈਂ ਆਪਣੇ ਵੱਲੋਂ, ਆਪਣੀ ਸਮੁੱਚੀ ਟੀਮ ਵੱਲੋਂ ਇੱਕ ਵਾਰ ਫਿਰ ਜਗਤ ਪੰਜਾਬੀ ਸਭਾ ਨੂੰ, ਪ੍ਰਾਈਵੇਟ ਸਕੂਲ ਫੈਡਰੇਸ਼ਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਵਜੋਂ ਵਧਾਈ ਦਿੰਦਾ। ਥੈਂਕ ਯੂ ਵੈਰੀ ਮੱਚ। ਮੇਰਾ ਨਾਮ ਡਾਕਟਰ ਸੋਹਣ ਸਿੰਘ ਪਰਮਾਰ ਹੈ ਅਤੇ ਮੈਂ ਕਾਫੀ ਦੇਰ ਤੋਂ ਟੋਰੋਂਟੋ 'ਚ ਟੀਚਰ ਰਿਹਾ ਅਤੇ ਮੈਨੂੰ ਬਹੁਤ ਹੀ ਖੁਸ਼ੀ ਅੱਜ ਇਹ ਦੇਖ ਕੇ ਕਿ ਵਰਲਡ ਪੰਜਾਬੀ ਸਭਾ ਜਿਹੜੀ ਆ ਉਹ ਆਪਣਾ ਸਮਾਗਮ ਕਰਵਾ ਰਹੇ ਆ, ਔਰ ਇਸ ਦੇ ਵਿੱਚ ਜਿਹੜਾ ਸਾਡਾ ਪਿਛੋਕੜ, ਸਾਡੀ ਮਾਂ ਬੋਲੀ ਪੰਜਾਬੀ ਦੇ ਬਾਰੇ ਸਾਰਾ ਕੁਝ ਬੋਲਿਆ ਜਾਏਗਾ, ਔਰ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਨੂੰ ਅਗਰ ਅਸੀਂ ਮੁੜ ਕੇ ਇੱਥੇ ਉੱਪਰ ਲਿਆਵਾਂਗੇ ਤਾਂ ਹੀ ਸਾਡਾ ਜਿਹੜਾ ਪਿਛੋਕੜ ਮਾਂ ਬੋਲੀ ਨਾਲ ਜੁੜੇ ਰਹਾਂਗੇ। ਅਤੇ ਇਸ ਲਈ ਮੇਰੀ ਸਾਰਿਆਂ ਨੂੰ ਅਰਦਾਸ ਹੈ ਕਿ ਪਹਿਲਾਂ ਜਿੰਨੇ ਬਜ਼ੁਰਗ ਨੇ, ਮੈਂ ਇਹ ਕਹੂੰਗਾ ਉਹਨਾਂ ਨੂੰ ਕਿ ਆਪਣੇ ਜਿਹੜੇ ਬੱਚੇ ਆ ਘਰ ਦੇ ਵਿੱਚ ਉਹਨਾਂ ਦੇ ਨਾਲ ਸਾਂਝ ਪਾਓ, ਪੰਜਾਬੀ ਬੋਲੋ, ਔਰ ਪੰਜਾਬੀ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲ ਗਏ ਹਾਂ ਉਹ ਉਹਨਾਂ ਨੂੰ ਦੱਸੋ। ਜਿਵੇਂ ਕਿ ਮੈਂ ਤੁਹਾਨੂੰ ਕਹਿੰਦਾ ਵੀ ਪਿੰਡ ਦੇ ਵਿੱਚ ਖੂਹ ਹੁੰਦਾ ਸੀ, ਟਿੰਡਾਂ ਹੁੰਦੀਆਂ ਸੀ, ਪਰਨਾਲਾ ਹੁੰਦਾ ਸੀ, ਆੜ ਹੁੰਦੀ ਸੀ, ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅਸੀਂ ਭੁੱਲੀਆਂ ਉਹ ਦੁਬਾਰਾ ਉਹਨਾਂ ਨੂੰ ਕਰੋ ਅਤੇ ਉਹਨਾਂ ਨੂੰ ਪੰਜਾਬੀ ਸਿਖਾਲਣ ਲਈ ਜਿਹੜੀਆਂ ਅਸੀਂ ਪੁਰਾਣੀਆਂ ਬੁਝਾਰਤਾਂ ਪਾਉਂਦੇ ਹੁੰਦੇ ਸੀ ਉਹਨਾਂ ਦੇ ਨਾਲ ਗੱਲਾਂ ਕਰੋ ਅਤੇ ਉਸ ਦੇ ਨਾਲ ਉਹਨਾਂ ਨੂੰ ਸਾਰਾ ਕੁਝ ਸਮਝ ਆਏਗੀ ਅਤੇ ਹੌਲੀ ਹੌਲੀ ਉਹ ਪੰਜਾਬੀ ਦੇ ਵਿੱਚ ਧਿਆਨ ਦੇਣਗੇ ਔਰ ਅੱਗੇ ਵਧਣਗੇ। ਇਹੀ ਸਾਡੀ ਇੱਛਾ ਹੈ ਕਿ ਪੰਜਾਬੀ ਨੂੰ ਅਸੀਂ ਉੱਪਰ ਲਿਆ ਕੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੀਏ ਅਤੇ ਪੁਰਾਣੇ ਜਿਹੜੇ ਸਾਡੇ ਜਿੰਨੇ ਗ੍ਰੰਥ ਨੇ, ਧਰਮ ਨੇ, ਉਹਨਾਂ ਦੇ ਵਿੱਚ ਜਿੰਨਾ ਵਿਸ਼ਵਾਸ ਹੈ ਉਹ ਮੁੜ ਕੇ ਆ ਜਾਏ। ਧੰਨਵਾਦ, ਮਿਹਰਬਾਨੀ। ਮੈਂ ਪ੍ਰੋਫੈਸਰ ਬਲਵਿੰਦਰ ਕੌਰ, ਇੰਡੀਆ ਲੁਧਿਆਣੇ ਤੋਂ ਇਸ ਕਾਨਫਰੰਸ ਨੂੰ ਅਟੈਂਡ ਕਰਨ ਲਈ ਆਈ ਹਾਂ। ਮੈਂ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਐਜ਼ ਹੈੱਡ ਆਫ ਦਾ ਪੰਜਾਬੀ ਡਿਪਾਰਟਮੈਂਟ ਰਿਟਾਇਰ ਹੋਈ ਹਾਂ, ਔਰ ਸ਼ੁਰੂ ਤੋਂ ਹੀ ਮੈਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਸਿੱਖਿਆ। ਕੈਨੇਡਾ ਦੇ ਵਿੱਚ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਇੱਕ ਬਹੁਤ ਹੀ ਜ਼ੋਰਦਾਰ ਯਤਨ ਬਹੁਤ ਸਾਰੇ ਸਾਲਾਂ ਤੋਂ ਕੀਤੇ ਜਾ ਰਹੇ ਨੇ ਕਿ ਪੰਜਾਬੀ ਭਾਸ਼ਾ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਰਹਿਣੀ ਬਹਿਣੀ ਨੂੰ ਦੁਨੀਆ ਦੇ ਵਿੱਚ ਹਾਈਲਾਈਟ ਕੀਤਾ ਜਾਵੇ ਔਰ ਆਪਣੀ ਭਾਸ਼ਾ ਨੂੰ ਅੱਗੇ ਲਿਜਾਇਆ ਜਾਵੇ। ਮੇਰਾ ਇਹ ਵਿਸ਼ਵਾਸ ਹੈ ਕਿ ਉਹੀ ਕੌਮਾਂ ਦੁਨੀਆ ਦੇ ਵਿੱਚ ਸਰਵਾਈਵ ਕਰਦੀਆਂ ਨੇ ਜਿਹੜੇ ਆਪਣੇ ਵਿਰਸੇ ਨੂੰ, ਆਪਣੀ ਭਾਸ਼ਾ ਨੂੰ, ਆਪਣੇ ਟ੍ਰੈਡੀਸ਼ਨਸ ਨੂੰ ਅੱਗੇ ਲੈ ਕੇ ਜਾਂਦੀਆਂ ਨੇ। ਅੱਜ ਦੇ ਤਰੀਕ ਦੇ ਵਿੱਚ ਤਕਰੀਬਨ 160 ਮੁਲਕਾਂ ਦੇ ਵਿੱਚ ਪੰਜਾਬੀ ਵਸੇ ਹੋਏ ਨੇ ਔਰ ਜਿੱਥੇ ਵੀ ਉਹ ਗਏ ਨੇ ਉਹ ਆਪਣੀ ਕਲਾ, ਆਪਣਾ ਸਾਹਿਤ ਅਤੇ ਆਪਣੀ ਭਾਸ਼ਾ ਅਤੇ ਆਪਣਾ ਸੱਭਿਆਚਾਰ ਨਾਲ ਲੈ ਕੇ ਗਏ ਨੇ। ਕੈਨੇਡਾ ਦੇ ਵਿੱਚ ਇਹਨਾਂ ਦੋਨਾਂ ਜਥੇਬੰਦੀਆਂ ਵੱਲੋਂ, ਜਿਨ੍ਹਾਂ ਦੇ ਸਰਪ੍ਰਸਤ ਡਾਕਟਰ ਦਲਜੀਤ ਸਿੰਘ ਅਤੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜਿਆ, ਬਹੁਤ ਸਾਰੇ ਹੀ ਨਹੀਂ ਬਹੁਤ ਮੁਲਕਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਔਰ ਪੰਜਾਬੀ ਭਾਸ਼ਾ ਨੂੰ ਅੱਗੇ ਲਿਜਾਣ ਦੇ ਲਈ
वो लगातार यतनशील ने। सो इन्हां ही जनां दा एक हिस्सा अज शुरू हो रही यह 3 रोज़ा वर्ल्ड पंजाबी कॉन्फ्रेंस है, जिदे विच वख-वख देशां तों वख-वख थावां तों बहुत सारे विद्वान ते साहित्यकार इकत्र होए ने, ते वो इत्थे उन्हां दीआं चर्चावां जिहड़ियां ने निश्चय ही पंजाबी भाषा नूं अगे लिजाण लई योगदान देणगीआं। मैं डॉक्टर सतपाल कौर स्पैशल दिल्ली तों इत्थे ब्रैम्पटन कैनेडा दे विच वर्ल्ड पंजाबी कॉन्फ्रेंस अटेंड करन आई हैगी हाँ। मैं भी पंजाबी दी स्कॉलर हैगी हाँ। पंजाबी भाषा दा भविख एक चिंता दा विषय हैगा और इस दी जिहड़ी विद्यक प्रणाली हैगी है और पंजाबी भाषा दे भविख दे उत्ते इत्थे 3 दिन चर्चा होएगा और जिस दा लाभ तकरीबन सारे पंजाबियों नूं मिलेगा और बहुत सारे लोग इस तो जाणू भी होणगे। इन्हां 3 दिनां दी कॉन्फ्रेंस मैं पूरी अटेंड करके इस तो लाहा लेना चाहवांगी। मैं बहुत बहुत धन्नवाद करदी हाँ जिहड़े इत्थे दे ऑर्गनाइज़र हैगे ने और ये दुआ करदी हैगी हाँ कि इस तरह दीआं कॉन्फ्रेंसिस अगे भी हुंदियां रहन। धन्नवाद। सारे मेहमानां दा तहे दिल तों धन्नवाद। एक एक कदम चलिया होया साडे सिर मत्थे माड़ी भी मेहनत की हुई, जिस तरीके दे नाल बहुत सारा उद्यम किया वो साडे सिर मत्थे और अज दा फंक्शन जिहड़ा हैगा आ कुछ मिंटा तो शुरू होण जा रहा। साडे मेहमान प्लीज़ स्टेज दे नेड़े चेयरां ते बैठ जाण और प्रोग्राम नूं शुरू करिए। मैं समझदा कि अज कोविड तो मगरों बहुत बड़ा दिन है साडे लई कि असी इकट्ठे हो के जिस तरह 2009 तो वर्ल्ड पंजाबी कॉन्फ्रेंस का सिलसिला चलिया आ रहा उसनूं अगे तोर रहे हैं और सानू इस चीज़ का माण आ कि तुसी साडा पिछले सारे प्रोग्रामों दे विच बहुत साथ दिता और अज का प्रोग्राम शुरू करन लई मैं बेनती करांगा सरदार सरदूर सिंह जी थियाड़ा, वह स्टेज पर अपनी जिम्मेवारी निभाउणगे और असी सारिआं ने उन्हां दा साथ देना और जिहड़े रूल्स हैगे असी वर्ल्ड पंजाबी कॉन्फ्रेंस लई हमेशा अपलाई करदे कि अपने सेल फोन जिहड़े हैगे आ उन्हां दी रिंग जिहड़ी उह बंद कर लई जावे और शांतमई माहौल दे विच सारे प्रोग्राम नूं अटेंड किया जाए। वाहेगुरु जी का खालसा, वाहेगुरु जी की फतेह। इंटरनली रखो, कोई है नहीं। इंटरनली रखो। वाहेगुरु जी का खालसा, वाहेगुरु जी की फतेह। सब तो पहला जिन्हें भी बुद्धिजीवी जिन्हें भी दर्शक वीर भैन पहुंचे हैं सारे जी आया, वर्ल्ड पंजाबी कॉन्फ्रेंस 8वीं शुरू हो जा रही है। सब तो पहला मैं जिहड़ी साडी प्रबंधकी टीम आ उन्हां नूं बेनती करूँगा कि वह स्टेज पर आके साडे अज दे जो मुख मेहमान हैं सरदार चरणजीत सिंह जी बाठ उन्हां नूं एसकॉर्ट करन, सरदार अजैब सिंह जी जट्ठा, सरदार सुरजन सिंह जी अटवाल, सरदार संदोख सिंह जी संधू, दलवीर सिंह जी कथूरिया सारा इस स्टेज पर आएगा नाल उन्हां दे पिक्चर होजूगी, डॉक्टर रमनी बत्रा जी, बलविंदर कौर जट्ठा जी, तजिंदर सिंह चीमा जी, रुपिंदर कौर संधू जी, गुरदर्शन सिंह सीरा जी, सरदार करन अजैब सिंह संघा जी, कमलजीत सिंह हेयर, सुंदरपाल आया सांसी, सरदार नरमैन सिंह जी अरोड़ा साहब प्लीज आ जाओ। तो मैं सरदार अजैब सिंह जी को बेनती करूँगा कि बाल साहब को बुके भेंट कर। बोले सो निहाल। साडी प्रबंधकी टीम इस तरह ही विराजमान रहे। मैं हुण डॉक्टर दलजीत सिंह जी जो कि साडी
वर्ल्ड पंजाबी कॉन्फ्रेंस के सरप्रस्त हैं, उन्होंने बेनती करूँगा कि वो सरदार जैर सिंह चटा दमोदर सिंह अग्रवाल साहब मौके पर कर सरदार संतोख सिंह संधु जी बोले सो निहाल। वाहिद साहब जीओ ਉਹਦੇ ਅੱਗੇ ਅਰਦਾਸ ਸੋਮਾਰੀ ਜੀਓ ਫਿਰ ਸਭ ਤੇਰਾ ਕਹੁ ਨਾਮ ਸਾਹਿਬ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ਬੇਨਤੀ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਾਹਿਬ ਆ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਏ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁੱਖ ਚਾਏ ਏਕ ਬਹਾਦਰ ਸਿਮਰਿਆ ਕਰਨ ਉਹਨੇ ਆਵੇ ਧਾਏ ਸਭ ਥਾਂ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਈ ਸਹਾਏ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਤਾ ਧਿਆਨ ਧਰ ਕੇ ਬੋਲੋ ਜੀ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪਿਆਂ ਤੁਪਿਆਂ ਨਾਮ ਜਪਿਆ ਵੰਡ ਕੇ ਛਕਿਆ ਇਹ ਚਲਾਈ ਤੇ ਗਵਾਹੀ ਤੇ ਖੰਡਿਤ ਕੀਤਾ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚਾੜੇ ਗਏ ਆ ਰਹਿਣਾ ਤਾਂ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਰ ਕੇ ਸਾਸ ਵਾਸਾਂ ਸੰਗ ਨਿਭਾਇਆ ਤਿੰਨਾਂ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣੀ ਆਪ ਚੰਗਿਆਂ ਦੀ ਮਹਾਨ ਕਮਾਈ ਦਾ ਸਦਕਾ ਬੋਲੋ ਜੀ ਅੰਨਾ ਤਖਤਾਂ ਸਰਬੱਤ ਗੁਰਦੁਆਰਿਆਂ ਨੇ ਦਰਸ਼ਨ ਦਾ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਜਿੱਥੋਂ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਥਾਂ ਥਾਂ ਰਿਸ਼ਾ ਰਿਆਇਤ ਤੇ ਫਤਿਹ ਕੀ ਵਹਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਇਹ ਦਾਨ ਰਹਿ ਦਾਨ ਦਵੇਕ ਦਾਨ ਸਾਹ ਦਾਨ ਪਰੋ ਸਾਹ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਤਿਗੁਰ ਜੀ ਆਪ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਸ ਕੇ ਰਾਖੇ ਆਪ ਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਦਾਤਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਨਿਮ ਕੇ ਕਰ ਨਾਮ ਦੇ ਮੇਰਾ ਮਨ ਧਨ ਸ਼ੀਤਲ ਹੋਏ ਦੇ ਵਕਤ ਸਤਿਗੁਰੂ ਜੀ ਵਰਲਡ ਪੰਜਾਬੀ ਕਾਨਫਰੰਸ ਲੈਫਟਨ ਗ੍ਰੇਡ ਹਰਿ ਸਤਿਗੁਰੂ ਜੀ ਅੱਠਵੀਂ ਸਤਿਗੁਰੂ ਜੀ 24-25 ਹੋਰ ਜਾਰੀ ਸਤਿਗੁਰੂ ਜੀ ਆਪਣੇ ਕਿਰਪਾ ਕਰਨੀ ਕਾਮਯਾਬੀਆਂ ਬਖਸ਼ ਕਰਨੀਆਂ ਕਿਰਪਾ ਕਰਨੀ ਬੱਚਿਆਂ ਨੂੰ ਪਰਿਵਾਰਾਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਦਾਤ ਪੰਜਾਬੀ ਨਾਲ ਜੋੜੀ ਰੱਖਣਾ ਦਾਤਾ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦਾ ਵਰਤਾਉਣੀ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਸਰਬੱਤ ਸੰਤਾਂ ਦੀ ਹਾਰੀਆਂ ਸੁਣਾਵਾਂ ਪ੍ਰਵਾਨ ਕਰੋ ਸਤਿਗੁਰੂ ਜੀ ਇਸ ਵੇਲੇ ਆਗਿਆ ਬਖਸ਼ਿਸ਼ ਕਰੋ ਵਰਲਡ ਪੰਜਾਬੀ ਕਾਨਫਰੰਸ ਕਨੈਕਟ ਸ਼ੁਰੂ ਕਰਨ ਵਾਸਤੇ ਆਗਿਆ ਬਖਸ਼ ਕਰੋ ਸਹੀ ਨੇਮੀ ਪਿਆਰੇ ਮਿਲੋ ਜਨਮ ਲੈ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਲਾਊਡ ਨਹੀਂ ਹੈ ਨਾ ਡਰੂ ਮਰ ਜਬ ਜਾਏ ਹਰ
ਮਨਮੋਹਨ ਸਿੰਘ ਜੀ ਅਗਵਾਲ ਇਸ ਕਾਨਫਰੰਸ ਦੇ ਪ੍ਰਧਾਨ ਹਨ। ਸਾਨੂੰ ਬੜਾ ਮਾਣ ਹੈ ਕਿ ਇਹਨਾਂ ਨੇ ਸਾਨੂੰ $5,000 ਦਿੱਤਾ ਜੋ ਕਿ ਕਲੈਪ ਫਰ ਸਰਦਾਰ ਜਗਵੀਰ ਸਿੰਘ ਜੀ ਕਥੂੜੀਆ ਇਹ ਸਾਡੀ ਕਾਨਫਰੰਸ ਦੇ ਨੇ ਪੰਜਾਬੀ ਸਭਾ ਦੇ ਪ੍ਰਧਾਨ ਹਨ। ਸਰਦਾਰ ਜੀ ਦੀ ਜਿੰਨੀ ਵੀ ਸ਼ਿਫਟ ਕਰ ਲਈਏ ਓਨੀ ਥੋੜ੍ਹੀ ਇੰਡੀਆ ਦੇ ਵਿੱਚ ਆਪਾਂ ਉੱਥੇ ਰੈਸਟੋਰੈਂਟ ਹੁੰਦੇ ਸੀ ਜਦੋਂ ਆਪਾਂ ਢਾਬਾ ਖਾਦੇ ਹੁੰਦੇ ਸੀ ਸਲਿੱਪ ਭੇਜਣੀ ਅਤੇ ਦੋ ਜਹਾਂ ਭੇਜਦੇ ਇਹਨਾਂ ਦੇ ਸਾਡਾ ਖਾਤਾ ਚੱਲਦਾ ਜੀ ਜੋ ਮਰਜ਼ੀ ਖਾਈਏ ਪੀਏ ਇਹ ਇਹਨਾਂ ਨੂੰ ਹੁੰਦਾ ਪਰ ਬਾਅਦ 'ਚ ਪੈਸੇ ਵੀ ਨਹੀਂ ਲੈਂਦੇ ਅਤੇ ਸਾਡੀ ਫਾਈਨੈਂਸ਼ਲੀ ਵੀ ਫੂਡ ਦੀ ਵੀ ਸਾਰੀ ਸਪੋਰਟ ਕਰਦੇ ਹਾਂ ਅਸੀਂ ਇਹਨਾਂ ਦੀ ਬਹੁਤ ਧੰਨਵਾਦੀ ਹਾਂ। ਸਰਦਾਰ ਕੁਲਵਿੰਦਰ ਸਿੰਘ ਜੀ ਠਿਆਣਾ ਰਿਟਾਇਰਡ ਏ ਆਈ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਸਟੇਜ 'ਤੇ ਆ ਜਾਓ। ਬਾਬਾ ਹਰਦੀਪ ਸਿੰਘ ਜੀ ਤੁਹਾਨੂੰ ਨਿਮਰ ਦੱਸਿਆ ਬੇਨਤੀ ਹੈ ਪਲੀਜ਼ ਸਟੇਜ 'ਤੇ ਤਸ਼ਰੀਫ ਲਿਆਓ। ਮਾਈਕ ਲੈ ਲਓ। ਸਰਦਾਰ ਜਸਵਿੰਦਰ ਸਿੰਘ ਜੀ ਜਿਹਨੂੰ ਆਪਾਂ ਸਰਦਾਰ ਜਾਤੀ ਦੇ ਨਾਂ 'ਤੇ ਜਾਣਦੇ ਹਾਂ ਪਲੀਜ਼ ਸਟੇਜ 'ਤੇ ਆ ਜਾਓ। ਇਹ ਮਹਾਨ ਸ਼ਖਸੀਅਤ ਉਹ ਹਨ ਜੀ ਜਿਹਨਾਂ ਕੋਲ ਮੈਂ ਅਤੇ ਸਰਦਾਰ ਅਜੈਬ ਸਿੰਘ ਜੀ ਗਏ ਵੀ ਸਾਡੀ ਥੋੜ੍ਹੀ ਜਿਹੀ ਪੰਜਾਬੀ ਬੋਲੀ ਦੀ ਸੇਵਾ ਕਰਦੇ ਹੋ। ਮੈਂ ਦੱਸ ਨਹੀਂ ਸਕਦਾ ਕਿੰਨੀ ਇਹਨੀ ਸੇਵਾ ਕੀਤੀ ਆ ਕਿਉਂਕਿ ਇਹਨਾਂ ਨੇ ਕਿਹਾ ਵੀ ਮੇਰਾ ਨਾਂ ਨਹੀਂ ਲੈਣਾ। ਅਸੀਂ ਸਰਦਾਰ ਜੀ ਦੇ ਭਾਈ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੀ ਸੇਵਾ ਕੀਤੀ ਔਰ ਮੇਰਾ ਖਿਆਲ ਆ ਜਿੰਨੀ ਛੇਤੀ ਇਹਨੇ ਚੱਕ ਦਿੱਤਾ ਸਟੋਰ ਤੋਂ ਗਰੋਸਰੀ ਵੀ ਨਹੀਂ ਮਿਲਦੀ ਗਿਵ ਅਗੇ ਪਲੈਟਫਾਰਮ ਦਾ ਜਿਹੜੇ ਦੱਸਿਆ। ਸਰਦਾਰ ਗੁਰਨਾਮ ਸਿੰਘ ਜੀ ਗੁਰਾਇਆ ਡਿਸਟ੍ਰਿਕਟ ਸਪੋਰਟਸ ਆਫਿਸਰ ਰਿਟਾਇਰਡ ਆ ਕਪੂਰਥਲਾ ਡੀਓ ਕਪੂਰਥਲਾ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ 'ਤੇ ਆ ਜਾਣ। ਇੱਕ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਹ ਬਿਮਾਰੀ ਨੂੰ ਬੰਦ ਕਰ ਲਓ ਪਲੀਜ਼। ਆਪਾਂ ਸੁੱਤੇ ਉੱਠਦੇ ਜੋੜੋ ਕਿੰਨੇ ਲੱਭ ਕੇ ਨਹੀਂ ਅਤੇ ਇਸ ਕਰਕੇ ਆਪਾਂ ਇਹਨਾਂ ਨੂੰ ਬੰਦ ਕਰ ਲਈਏ ਠੀਕ ਰਹੂਗਾ। ਸਾਡੀ ਆ ਮੈਂਬਰ ਪਾਰਲੀਮੈਂਟ ਸਾਡੀ ਧੀ ਵੀ ਆ ਸੋਨੀਆ ਸ਼ਿਡਿਊਲੀ ਜਿਨ੍ਹਾਂ ਨੇ ਤੁਹਾਡੇ ਸਾਡੇ ਜਿੰਨੇ ਵੀ ਗੈਸਟ ਬਾਹਰੋਂ ਆਏ ਹੋਏ ਹਨ ਉਹਨਾਂ ਵਾਸਤੇ ਆਟਵਾ ਪਾਰਲੀਮੈਂਟ ਦਾ ਜੋ ਟ੍ਰਿਪ ਹੈ ਜੋ ਵਿਜਿਟ ਹੈ ਉਹ ਅਰੇਂਜ ਕੀਤਾ ਹੈ। ਮੈਂ ਸੋਨੀਆ ਸਿੱਧੂ ਜੀ ਦਾ ਧੰਨਵਾਦ ਵੀ ਕਰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਸਟੇਜ 'ਤੇ ਆ ਕੇ ਪਲੀਜ਼। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਦੋ ਜੋ ਕੌਂਸਲ ਹਨ ਮਿਸਟਰ ਰਾਜ ਸਟਾਰ ਐਂਡ ਮੈਟ ਹੁਣੀ ਪਲੀਜ਼ ਕਮ ਟੂ ਦ ਸਟੇਜ।